ਸਨ 1710 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹੰਦ ਫਤਿਹ ਕਰਨ ਤੋਂ ਬਾਅਦ ਪਹਿਲੇ ਸਿੱਖ ਰਾਜ ਦੀ ਨੀਂਹ ਰੱਖੀ ਅਤੇ ਪੰਜਾਬ ਨੂੰ ਮੁਗਲਾਂ ਦੀ ਗ੍ਰਿਫਤ ਤੋਂ ਆਜ਼ਾਦ ਕਰਵਾਇਆ। ਪਰ ਇਹ ਗੱਲ ਮੁਗਲ ਹਕੂਮਤ ਲਈ ਨਾਗਵਾਰ ਸੀ। ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਮੁਗਲਾਂ ਵੱਲੋਂ ਸਿੱਖਾਂ ਦੀ ਨਸਲਕੁਸ਼ੀ ਦਾ ਐਲਾਨ ਹੋ ਗਿਆ। ਸਨ 1726 ਵਿੱਚ ਅਬਦੁਲ ਸਮਦ ਖਾਨ ਦੇ ਪੁੱਤਰ ਜ਼ਕਰੀਆ ਖਾਨ ਨੂੰ ਸਿੱਖਾਂ ਦੀ ਹੋਂਦ ਧਰਤੀ ਤੋਂ ਨੇਸਤੋਂ ਨਾਬੂਦ ਕਰਨ ਦੀ ਸ਼ਰਤ ਉੱਪਰ ਲਾਹੌਰ ਦਾ ਹਾਕਮ ਨਿਯੁਕਤ ਕੀਤਾ ਗਿਆ। ਇਸ ਦੌਰਾਨ ਸਿੰਘਾਂ ਦੇ ਸਿਰਾਂ ਦੇ ਮੁੱਲ ਪੈਣੇ ਸ਼ੁਰੂ ਹੋ ਗਏ। ਜੋ ਵੀ ਕਿਸੇ ਸਿੱਖ ਦੀ ਸੂਹ ਦਿੰਦਾ ਉਹ ਮੁਗਲ ਹਕੂਮਤ ਤੋਂ ਇਨਾਮ ਦਾ ਹੱਕਦਾਰ ਬਣਦਾ। ਮਾਵਾਂ ਦੇ ਗਲਾਂ ਵਿੱਚ ਉਹਨਾਂ ਦੇ ਬੱਚਿਆਂ ਦੇ ਟੋਟਿਆਂ ਦੇ ਹਾਰ ਪਵਾਏ ਗਏ ਤਾਂ ਜੋ ਹਰ ਧਰਮ ਦੇ ਲੋਕ ਡਰਦੇ ਮਾਰੇ ਆਪ ਹੀ ਇਸਲਾਮ ਕਬੂਲ ਕਰ ਲੈਣ ਅਤੇ ਹਕੂਮਤ ਦੇ ਖਿਲਾਫ ਕੋਈ ਵੀ ਆਵਾਜ਼ ਚੁੱਕਣ ਦੀ ਹਿੰਮਤ ਨਾ ਕਰ ਸਕੇ। ਇੱਕ ਲੰਮੇ ਕਤਲੇਆਮ ਤੋਂ ਬਾਅਦ ਜ਼ਕਰੀਆ ਖਾਨ ਨੇ ਐਲਾਨ ਕਰ ਦਿੱਤਾ ਕਿ ਉਸ ਦੇ ਸੂਬੇ ਦੀਆਂ ਸਰਹੱਦਾਂ ਵਿੱਚੋਂ ਸਿੱਖ ਖਤਮ ਹੋ ਚੁੱਕੇ ਹਨ। ਉਸ ਵੇਲੇ ਪੱਤਾ ਪੱਤਾ ਸਿੰਘਾਂ ਦਾ ਵੈਰੀ ਹੋ ਗਿਆ। ਆਪਣੀ ਹੋਂਦ ਨੂੰ ਬਚਾਉਣ ਅਤੇ ਸੰਘਰਸ਼ ਨੂੰ ਜਾਰੀ ਰੱਖਣ ਲਈ ਸਿੰਘਾਂ ਨੇ ਬੀਕਾਨੇਰ ਦੇ ਮਾਰੂਥਲਾਂ, ਜੰਗਲਾਂ, ਛੰਬਾਂ ਅਤੇ ਪਹਾੜਾਂ ਦੀਆਂ ਕੁੰਦਰਾਂ ਨੂੰ ਆਪਣਾ ਨਿਵਾਸ ਬਣਾਇਆ ਅਤੇ ਗੁਪਤ ਰੂਪ ਵਿੱਚ ਜ਼ੁਲਮ ਦੇ ਖਿਲਾਫ ਆਪਣੀ ਕਾਰਵਾਈ ਨੂੰ ਜਾਰੀ ਰੱਖਿਆ। ਕਰੈ ਕੋ ਮੇਰੀ ਦਰਸ਼ਨ ਦੀ ਜੈ ਖੋ
ਚਾਰੇ ਪਾਸੇ ਨਿਗਾਹ ਰੱਖੋ, ਕੋਈ ਸਿੱਖ ਜਿਉਂਦਾ ਵਾਪਸ ਨਹੀਂ ਜਾਣਾ ਚਾਹੀਦਾ। ਸੂਬੇਦਾਰ ਖਾਨ ਬਹਾਦਰ ਜ਼ਕਰੀਆ ਖਾਨ ਸਾਹਿਬ ਵੱਲੋਂ ਸਿੱਖਾਂ ਨੂੰ ਵੇਖਦਿਆਂ ਹੀ ਕਤਲ ਕਰਨ ਦਾ ਹੁਕਮ ਹੈ। ਜੀ ਜਨਾਬ। ਇੱਕ ਤਾਂ ਠੰਡ ਇੰਨੀ ਹੈ, ਦੂਜਾ ਇਹਨਾਂ ਬਾਗੀਆਂ ਨੇ ਲਹੂ ਪੀਤਾ ਹੋਇਆ, ਪਤਾ ਨਹੀਂ ਕਿਹੜੇ ਵੇਲੇ ਆ ਧਮਕਣ। ਵੇ ਕੌਣ ਉੱਥੇ? ਭਾਈ ਸਾਹਿਬ ਜੀ, ਕਿੱਥੇ ਗਏ? ਉਸ ਪਾਸੇ ਜਨਾਬ, ਇੱਕ ਗੱਲ ਪੁੱਛਾਂ। ਮੈਂ ਸੁਣਿਆ ਇਹ ਬਚੇ ਕੁਚੇ ਸਿੰਘ ਜੰਗਲਾਂ 'ਚ ਰਹਿੰਦੇ ਨੇ, ਸਾਨੂੰ ਤੇ ਪੂਰੇ ਰਾਹ ਕੋਈ ਨਜ਼ਰ ਨਹੀਂ ਆਇਆ। ਬਰਖੁਰਦਾਰ, ਹਕੂਮਤਾਂ ਨਾਲ ਟੱਕਰ ਲੈਣੀ ਸੌਖੀ ਗੱਲ ਨਹੀਂ। ਮੁਗਲ ਹਕੂਮਤ ਸਾਹਮਣੇ ਤਾਂ ਵੱਡਿਆਂ ਵੱਡਿਆਂ ਨੇ ਗੋਡੇ ਟੇਕ ਦਿੱਤੇ। ਬਿਲਕੁਲ ਸਹੀ ਕਿਹਾ ਜਨਾਬ, ਆ ਸਿੱਖਾਂ ਵੱਲ ਵੇਖ ਲਵੋ। ਵੱਡੇ ਵੱਡੇ ਦਾਅਵੇ ਕਰਦੇ ਸੀ ਕਿ ਖਾਲਸਾ ਰਾਜ ਕਾਇਮ ਕਰਨਾ ਇਸ ਧਰਤੀ ਉੱਪਰ, ਹੁਣ ਕਿਧਰੇ ਇਹਨਾਂ ਦਾ ਪਰਛਾਵਾਂ ਵੀ ਨਜ਼ਰੀ ਨਹੀਂ ਪੈਂਦਾ। ਆ ਮੈਂ ਸੁਣਿਆ ਸੂਬਾ ਸਰੰਦ ਨੇ ਕੋ ਕੋ ਕੇ ਮਾਰਿਆ ਸੀ ਇਹਨਾਂ ਦੇ ਗੁਰੂ ਦੇ ਫਰਜੰਦਾਂ ਨੂੰ। ਮੁਕੰਮਲ ਖਾਤਮਾ ਕਰ ਦਿੱਤਾ ਇਹਨਾਂ ਸਿੱਖਾਂ ਦਾ। ਵੈਸੇ ਹੁਣ ਤੇ ਇਹਨਾਂ ਦੀ ਮੁਗਲਾਂ ਨਾਲ ਮੁਕਾਬਲੇ ਦੀ ਕੋਈ ਖਬਰ ਵੀ ਸੁਣਨ ਨਹੀਂ ਮਿਲਦੀ। ਕਿਉਂ ਜਨਾਬ? ਉਹ ਲੜਾਈ ਕਿੱਥੋਂ ਕਰਨੀ ਇਹਨਾਂ ਕਾਫਰਾਂ ਨੇ? ਆਪਣੇ ਕੱਲੇ ਕੱਲੇ ਨੂੰ 1,25,000 ਆਖਦੇ ਸਨ, ਹਕੂਮਤ ਨੇ ਇਹਨਾਂ ਦੇ 1,25,000 ਟੁਕੜੇ ਕਰਤੇ। ਠਹਿਰੋ ਜਨਾਬ, ਮੈਨੂੰ ਇੱਥੇ ਕੁਝ ਅਜੀਬ ਜਿਹਾ ਡਰ ਪਿਆ ਲੱਗਦਾ ਹੈ, ਜਿਵੇਂ ਕੋਈ ਸਾਨੂੰ ਵੇਖਦਾ ਹੋਵੇ। ਹੋ ਕੀ ਹੈ ਝਾੜੀਆਂ ਵਿੱਚ? ਕੋਈ ਜਾਨਵਰ ਲੱਗਦਾ। ਮੈਨੂੰ ਤੇ ਕਿਸੇ ਸਿੱਖ ਦੀ ਤਰ੍ਹਾਂ ਭੁਲੇਖਾ ਪਿਆ। ਸਿੱਖ?
ਸੁਣਿਆ ਤਾਂ ਸੀ ਕੁਝ ਸਿੱਖ ਜੰਗਲਾਂ ਚ ਲੁਕੇ ਨੇ, ਇਹ ਕਿਵੇਂ ਬਚ ਗਿਆ? ਸਿੱਖਾਂ ਦਾ ਤਾਂ ਖਾਤਮਾ ਹੋ ਚੁੱਕਿਆ ਇਸ ਧਰਤੀ ਤੋਂ। ਰੁਕੋ ਮੈਂ ਦੇਖਦਾ। ਹੁਸ਼ਿਆਰ ਰਹੋ ਤੇ ਆਪਣੀਆਂ ਅੱਖਾਂ ਖੁੱਲੀਆਂ ਰੱਖੋ। ਇੱਥੇ ਤਾਂ ਕੋਈ ਵੀ ਨਹੀਂ ਆ। ਮੈਨੂੰ ਤਾਂ ਕੋਈ ਲੁਕਿਆ ਹੋਇਆ ਡਰਪੋਕ ਸਿੱਖ ਲੱਗਦਾ ਹੈ। ਸਿੱਖ ਲੁਕ ਕੇ ਨਹੀਂ ਬਹਿ ਸਕਦੇ। ਜੇ ਸਿੱਖ ਹੋਏਗਾ ਤਾਂ ਲੁਕ ਕੇ ਨਹੀਂ ਬਹਿ ਸਕਦਾ। ਮੌਤ ਦਾ ਡਰ ਤਾਂ ਬੜਿਆਂ ਬੜਿਆਂ ਨੂੰ ਖੁੱਡਾਂ ਚ ਵਾੜ ਦਿੰਦਾ। ਹੋਣਾ ਕੋਈ ਕਾਇਰ ਖੁੱਡ ਚ ਵੜਿਆ। ਸਿੱਖਾਂ ਦਾ ਤਾਂ ਖਾਤਮਾ ਹੋ ਚੁੱਕਿਆ ਇਸ ਧਰਤੀ ਤੋਂ। ਹੋਣਾ ਕੋਈ ਕਾਇਰ ਖੁੱਡ ਚ ਵੜਿਆ। ਮੁਕੰਮਲ ਖਾਤਮਾ ਕਰ ਦਿੱਤਾ ਇਹਨਾਂ ਸਿੱਖਾਂ ਦਾ। ਸਿੱਖ ਲੁਕ ਕੇ ਨਹੀਂ ਬਹਿ ਸਕਦੇ। ਤੁਸੀਂ ਖੇਡੋ, ਮੈਂ ਹੁਣੇ ਹੀ ਆਇਆ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਮਾਤਾ ਜੀ, ਕੀ ਇਹ ਸੱਚ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਮੁਖ ਵਿੱਚ ਉਹਨਾਂ ਦੇ ਬੱਚੇ ਦਾ ਹਿਰਦਾ ਪਾ ਦਿੱਤਾ ਗਿਆ ਸੀ? ਹਾਂਜੀ ਪੁੱਤ, ਇਹ ਗੱਲ ਬਿਲਕੁਲ ਸੱਚ ਹੈ। ਮਾਤਾ ਜੀ, ਉਹ ਗੁਰਸਿੱਖ ਇੰਨੀ ਹਿੰਮਤ ਕਿੱਥੋਂ ਲਿਆਂਦੇ ਸੀ ਕਿ ਉਹਨਾਂ ਨੂੰ ਮੁਗਲਾਂ ਤੋਂ ਡਰ ਨਹੀਂ ਸੀ ਲੱਗਦਾ? ਮੇਰੇ ਪਿਆਰੇ ਲਾਲ, ਹਿੰਮਤ ਬਖਸ਼ਣ ਵਾਲਾ ਵੀ ਉਹ ਇੱਕ ਅਕਾਲ ਪੁਰਖ ਹੈ ਤੇ ਆਪਣੇ ਪਿਆਰਿਆਂ ਵਿੱਚ ਆਪ ਵਰਤ ਕੇ ਹਰ ਇੱਕ ਸੇਵਾ ਲੈਣ ਵਾਲਾ ਵੀ ਉਹੀ ਹੈ। ਤੇ ਜਿੱਥੇ ਤੱਕ ਡਰ ਦੀ ਗੱਲ ਹੈ, ਗੁਰਮੁਖ ਜਨ ਜਿਉਂ ਜਿਉਂ ਉਸਦੀ ਬੰਦਗੀ ਵਿੱਚ ਇੱਕਮਿੱਕ ਹੁੰਦੇ ਨੇ, ਤਿਉਂ ਤਿਉਂ ਉਹਨਾਂ ਦੇ ਮਨ ਦਾ ਭਾਉ ਦੂਰ ਹੋਣ ਲੱਗ ਪੈਂਦਾ। ਵਾਹਿਗੁਰੂ, 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 ਵਾਹਿਗੁਰੂ। ਦੁਕਾਲੰ ਪਰਣਾਸੀ ਦਯਾਲੰ ਸਰੂਪੇ, ਸਦਾ ਅੰਗ ਸੰਗੇ ਅਭੰਗੰ ਵਿਭੂਤੇ। ਸਦਾ ਅੰਗ ਸੰਗ ਅਕਾਲ ਪੁਰਖ ਵਾਹਿਗੁਰੂ ਪਿਤਾ ਜੀਓ, ਦਸਾਂ ਪਾਤਸ਼ਾਹੀਆਂ ਦੇ ਦਰਸਾਏ
ਸੱਚ ਦੇ ਮਾਰਗ 'ਤੇ ਚੱਲਦਿਆਂ ਗੁਰੂ ਪਾਤਸ਼ਾਹਾਂ ਅਤੇ ਸਾਹਿਬਜ਼ਾਦਿਆਂ ਸਮੇਤ ਬੇਅੰਤ ਗੁਰੂ ਕੇ ਲਾਲ ਸ਼ਹੀਦੀਆਂ ਪਾ ਚੁੱਕੇ ਨੇ। ਬੇਅੰਤ ਗੁਰੂ ਕਾ ਖਾਲਸਾ ਜ਼ੁਲਮੀ ਰਾਜ ਦੀਆਂ ਜੜ੍ਹਾਂ ਪੁੱਟਣ ਲਈ ਲਗਾਤਾਰ ਜੂਝ ਰਿਹਾ ਹੈ। ਪਾਪੀ ਹੁਕਮਰਾਨਾਂ ਨੇ ਜ਼ੁਲਮ ਦੀਆਂ ਸਭ ਹੱਦਾਂ ਪਾਰ ਕਰਦਿਆਂ ਸਭ ਕਿਰਤੀ ਬਿਰਤੀ ਅਤੇ ਮਿਹਨਤਕਸ਼ ਸਿੱਖਾਂ ਦੇ ਕਤਲੇਆਮ ਕਰਕੇ ਦੇਸ਼ ਵਿੱਚੋਂ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਦੇ ਖਤਮ ਹੋਣ ਦਾ ਐਲਾਨ ਕੀਤਾ ਹੈ। ਆਪ ਜੀ ਦੀ ਮੌਜ ਵਿੱਚੋਂ ਪੈਦਾ ਹੋਇਆ ਖਾਲਸਾ ਭਾਵੇਂ ਕਦੀ ਮੁੱਕ ਨਹੀਂ ਸਕਦਾ, ਪਰੰਤੂ ਸਧਾਰਨ ਪ੍ਰਜਾ ਦੇ ਮਨ ਵਿੱਚੋਂ ਇਹਨਾਂ ਪਾਪੀ ਹੁਕਮਰਾਨਾਂ ਦਾ ਡਰ ਦੂਰ ਕਰਨ ਲਈ ਆਪ ਆਪਣੀ ਮਿਹਰ ਦੀ ਨਜ਼ਰ ਕਰਕੇ ਖਾਲਸਾਈ ਨਿਸ਼ਾਨ ਸਾਹਿਬ ਚਲਾਉਣ ਦੀ ਆਗਿਆ ਬਖਸ਼ੋ। ਕਿਰਪਾ ਕਰਨੀ, ਆਖਰੀ ਸਾਹ ਤੱਕ ਗੁਰੂ ਕਲਗੀਧਰ ਦੇ ਸੱਚੇ ਪੁੱਤਰ ਬਣ ਕੇ ਜ਼ੁਲਮ ਦੇ ਖਿਲਾਫ ਜੂਝਣ ਦਾ ਬਲ ਬਖਸ਼ਣਾ। ਸੇਈ ਗੁਰਮੁਖਾਂ ਦੇ ਮੇਲ ਕਰਾਉਣੇ, ਜਿਨ੍ਹਾਂ ਦੇ ਮਿਲਿਆ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇੱਥੇ ਦੇ ਬਾਦਸ਼ਾਹ ਹੁੰਦੇ ਨੇ, ਬਾਦਸ਼ਾਹ ਸਾਹਮਣੇ ਅੱਖਾਂ ਨੀਵੀਆਂ ਕਰਕੇ ਲੰਘਿਆ ਕਰੋ। ਸੁਣ ਲਓ ਮੇਰੀ ਗੱਲ, ਕਿਸੇ ਦੀ ਹਿੰਮਤ ਨਹੀਂ, ਸਾਨੂੰ ਅੱਖ ਦਿਖਾ ਜਾਏ, ਮੋਹਰਾਂ ਇੱਥੇ ਰੱਖ ਕੇ ਅੱਗੇ ਚੱਲਦੇ ਰਹੋ। ਓਏ, ਬਿਨਾਂ ਘਰ ਰੱਖੇ ਕਿੱਥੇ ਜਾ ਰਿਹਾ? ਹਜ਼ੂਰ, ਇਹ ਲੱਕੜਾਂ ਮੈਂ ਆਪਣੇ ਘਰ ਲਈ ਲੈ ਜਾ ਰਿਹਾ, ਇਹ ਵਪਾਰ ਲਈ ਨਹੀਂ ਹਨ। ਇਹ ਸਭ ਸਾਨੂੰ ਨਾ ਦੱਸ, ਜੇ ਇਸ ਰਸਤੇ ਤੋਂ ਜਾਣਾ ਤਾਂ ਮੁਗਲ ਹਕੂਮਤ ਨੂੰ ਕਰ ਦੇਣਾ ਹੀ ਪੈਣਾ। ਪਰ ਮੇਰੇ ਕੋਲ ਕੁਝ ਵੀ ਨਹੀਂ ਹੈ ਦੇਣ ਨੂੰ। ਫਿਰ ਇਹ ਲੱਕੜਾਂ ਇੱਥੇ ਛੱਡ ਦੇ ਤੇ ਹਕੂਮਤ ਦਾ ਤੋਹਫਾ ਲੈ ਕੇ ਜਾ। ਯਾਲਾ, ਇਹ ਸਿੱਖਣਾ ਕਿੱਥੋਂ ਆ ਗਿਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹ ਪਿਆਰੇ ਜੀਓ, ਲੱਗਦਾ ਹੈ ਖਾਲਸੇ ਨੇ ਹੁਣ ਆਮੋ ਸਾਹਮਣੇ ਹੋ ਕੇ ਮੁਗਲ ਹਕੂਮਤ ਨੂੰ ਲਲਕਾਰਨ ਦਾ ਫੈਸਲਾ ਕਰ ਲਿਆ। ਜ਼ਕਰੀਏ ਦੇ ਦਰਬਾਰ ਵਿੱਚ ਤਰਥੱਲੀ ਮੱਚ ਜਾਣੀ ਗੱਲ ਸੁਣ ਕੇ। ਇਸੇ ਗੱਲ ਦਾ ਤੇ ਅਹਿਸਾਸ ਕਰਾਉਣਾ ਇਹਨਾਂ ਮੁਗਲਾਂ ਨੂੰ, ਖਾਲਸਾ ਪਰਮਾਤਮ ਦੀ ਮੌਜ ਨਾਲ ਪ੍ਰਗਟ ਹੋਇਆ। ਇੰਨੀ ਛੇਤੀ ਇਹ ਚਾਰ ਦਿਨਾਂ ਦੇ ਰਾਜਿਆਂ ਤਾਂ ਹੀ ਨਹੀਂ ਮੁੱਕਣਾ ਖਾਲਸਾ ਜੀ। ਬਿਲਕੁਲ ਸਹੀ ਫਰਮਾਇਆ ਤੁਸੀਂ, ਸਾਡੀ ਜਾਗਦੀ ਜ਼ਮੀਰ ਤੇ ਬੁਲੰਦ ਹੌਸਲੇ ਇਹਨਾਂ ਮੁਗਲਾਂ ਨੂੰ ਰਾਸ ਨਹੀਂ ਆਣੇ। ਕਮਰ ਕੱਸੇ ਕਰ ਲਓ, ਹੁਣ 2.5 ਲੱਖ ਫੌਜਾਂ ਨੇ ਹੀ ਇਹ ਨਾਕਾ ਸਾਂਭਣਾ। ਅਸੀਂ ਇੱਥੋਂ ਲੰਘਦੇ ਲੋਕਾਂ ਤੋਂ 1 ਪੈਸਾ ਗੱਡੇ ਤੇ 1 ਆਨਾ ਖੋਤੇ ਤੇ ਕਰ ਲਵਾਂਗੇ। ਇਹ ਕਰ ਦਾ ਮਕਸਦ ਲੁੱਟ ਕਰਨੀ ਜਾਂ ਧਨ ਸੰਚਨਾ ਨਹੀਂ ਹੋਏਗਾ, ਬਲਕਿ ਹਕੂਮਤ ਨੂੰ ਇਹ ਦੱਸਣਾ ਹੋਏਗਾ ਕਿ ਖਾਲਸਾ ਹਲੇ ਮੁੱਕਿਆ ਨਹੀਂ, ਤਾਂ ਜੋ ਜੁਗਾਂ ਜੁਗਾਂ ਤੱਕ
ਕੋਈ ਇਹ ਭੁਲੇਖਾ ਨਾ ਪਾਏ ਕਿ ਗੁਰੂ ਗੋਬਿੰਦ ਸਿੰਘ ਦੀ ਫੌਜ ਮੁੱਕ ਸਕਦੀ ਹੈ ਤੇ ਪੈਗਾਮ ਅਸੀਂ ਗੱਜ ਕੇ ਦੇਣਾ ਤੇ ਆਪਣੇ ਰਾਜ ਦੀ ਆਵਾਜ਼ ਬੁਲੰਦ ਕਰਨੀ ਹੈ। ਮਨ ਕੋ ਪਾਵਤ ਕੀਨ ਮਰਨੇ ਤੇ ਕਿਆ ਡਰਪਨਾ ਜਬ ਹਾਥ ਸਿੰਧੌਰਾ ਵੇਖ ਸ਼ੇਰਾਂ ਦੇ ਸੀਸ ਦਸਤਾਰ ਸਾਲਮ ਨੂੰ ਪੈਂਦੀ ਲਲਕਾਰ ਵੇਖ ਸ਼ੇਰਾਂ ਦੇ ਸੀਸ ਦਸਤਾਰ ਆਗਾਜ਼ ਕਰੂਗਾ ਖਾਲਸਾ ਹਲੀਮੀ ਰਾਜ ਦੀ ਹੈ ਸਰਕਾਰ ਸਾਲਮ ਨੂੰ ਪੈਂਦੀ ਲਲਕਾਰ ਵੇਖ ਸ਼ੇਰਾਂ ਦੇ ਸੀਸ ਦਸਤਾਰ ਸਾਲਮ ਨੂੰ ਪੈਂਦੀ ਲਲਕਾਰ ਵੇਖ ਸ਼ੇਰਾਂ ਸਵਾ ਲੱਖ ਤੇ ਇਕੱਲੇ ਪਾਰੇ ਨੇ ਪੈਰੀ ਕੰਬ ਜਾਣ ਸੁਣ ਕੇ ਜੈਕਾਰੇ ਨੇ ਸੁੱਖ ਦੁੱਖ ਦੋਵੇਂ ਸਮ ਕਰ ਜਾਣ ਦੇ ਸਦਾ ਵੰਡ ਛੱਕ ਕੇ ਆਨੰਦ ਮਾਣ ਦੇ ਦੇਣ ਲਈ ਸਦ ਤਿਆਰ ਵਰ ਤਿਆਰ ਗਰੀਬਾਂ ਮਜ਼ਲੂਮਾਂ ਦੇ ਨੇ ਪਹਿਰੇਦਾਰ ਜਿਨ੍ਹਾਂ ਦਾ ਉੱਚਾ ਏ ਕਿਰਦਾਰ ਤਿੰਨਾਂ ਦੀ ਜੀਤ ਕਦੇ ਨਾ ਸਾਲਮ ਨੂੰ ਪੈਂਦੀ ਲਲਕਾਰ ਵੇਖ ਸ਼ੇਰਾਂ ਦੇ ਸੀਸ ਦਸਤਾਰ ਸਾਲਮ ਨੂੰ ਪੈਂਦੀ ਲਲਕਾਰ ਵੇਖ ਸ਼ੇਰਾਂ ਕਾਠੀਆਂ ਤੇ ਸੌਂਕੇ ਵੀ ਏ ਸ਼ੁਕਰ ਚ ਨੇ ਰੱਖ ਤੇ ਅਕਾਲ ਸਦਾ ਜਿੱਤ ਵਿੱਚ ਨੇ ਕੱਲੇ ਸੱਤ ਹੀ ਨਹੀਂ ਸਿਪਾਹੀ ਵੀ ਕਮਾਲ ਦੇ ਸੱਚ ਤੇ ਅਡੋਲ ਰਹਿ ਬਚਨ ਪਾਲ ਦੇ ਖਾਲਸੇ ਦਾ ਕਦੇ ਵੀ ਇਹ ਹੋਣਾ ਅੰਤ ਨਾ ਬੜੇ ਖਾਲਸਾ ਮਕਾਉਣ ਵਾਲੇ ਹੋਏ ਅੰਤ ਨੇ ਹਾਕਮ ਦੇ ਤਖਤਾਂ ਦੇ ਪਾਵੇ ਕੰਬਣ ਸੁਣ ਕੇ ਸਿੰਘਾਂ ਦੀ ਵੰਗਾ ਸਾਲਮ ਨੂੰ ਪੈਂਦੀ ਲਲਕਾਰ ਵੇਖ ਸ਼ੇਰਾਂ ਦੇ ਸੀਸ ਦਸਤਾਰ ਸਾਲਮ ਨੂੰ ਪੈਂਦੀ ਲਲਕਾਰ
ਵੇਖ ਸ਼ੇਰਾਂ ਦੇ ਸੀਸ ਦਸਤਾਰ ਸਾਲਮ ਨੂੰ ਪਹਿਲੀ ਲਲਕਾਰ ਵੇਖ ਸ਼ੇਰਾਂ ਦੇ ਸੀਸ ਦਸਤਾਰ ਸਾਲਮ ਨੂੰ ਪਹਿਲੀ ਲਲਕਾਰ ਵੇਖ ਸ਼ੇਰਾਂ ਦੇ ਸੀਸ ਦਸਤਾਰ ਓ ਇਹ ਕੀ ਕੋਹਰਾਮ ਮਚਾ ਰੱਖਿਆ ਤੁਸਾਂ ਕਰ ਕਿਸ ਗੱਲ ਦਾ ਮੈਂ ਨਹੀਂ ਦਿੰਦਾ ਆਪਣੇ ਗੱਡੇ ਤੇ ਲੱਦੇ ਮਾਲ ਦਾ ਕਰ ਇਹ ਹਕੂਮਤ ਮੁਗਲਾਂ ਦੀ ਹੈ ਤੇ ਕਰ ਵੀ ਉਹੀ ਵਸੂਲ ਕਰ ਸਕਦੇ ਹਨ ਤੁਹਾਨੂੰ ਕਿਸ ਨੇ ਇਜਾਜ਼ਤ ਦਿੱਤੀ ਹੈ ਇਹ ਸਭ ਕੁਝ ਕਰਨ ਦੀ ਉਹ ਸਾਹਮਣੇ ਝੂਲਦਾ ਨਿਸ਼ਾਨ ਸਾਹਿਬ ਦਿਖ ਰਿਹਾ ਜਿੱਥੇ ਸਿੰਘਾਂ ਦਾ ਇਹ ਪਰਚਮ ਝੂਲਣ ਲੱਗ ਪਵੇ ਉੱਥੇ ਰਾਜ ਖਾਲਸੇ ਦਾ ਹੁੰਦਾ ਹੈ ਸਮਝ ਲੱਗੀ ਦੋ ਸਿੰਘਾਂ ਵੱਲੋਂ ਖਾਲਸਾ ਰਾਜ ਦਾ ਐਲਾਨ ਹੈ ਮੈਂ ਤੁਹਾਡੀ ਸ਼ਿਕਾਇਤ ਹਕੂਮਤ ਤੱਕ ਪਹੁੰਚਾਵਾਂਗਾ ਅਸੀਂ ਵੀ ਇਹੀ ਚਾਹੁੰਦੇ ਹਾਂ ਗੁਰੂ ਪਿਆਰਿਓ ਇਹ ਚਿੱਠੀ ਕਿਸ ਦੇ ਲਈ ਉਸ ਲਈ ਜਿਹੜਾ ਇਸ ਭੁਲੇਖੇ ਵਿੱਚ ਹੈ ਕਿ ਉਸਨੇ ਸਿੱਖਾਂ ਦਾ ਇਸ ਧਰਤੀ ਤੋਂ ਬੀਜ ਨਾਸ ਕਰ ਦਿੱਤਾ ਹੈ ਉਸ ਲਈ ਜਿਹੜਾ ਇਸ ਵੇਲੇ ਨੇਕ ਦਿਲ ਸਿੱਖਾਂ ਦੇ ਕਤਲ ਕਰਕੇ ਜ਼ੁਲਮ ਦੀ ਸਾਰੀ ਹੱਦਾਂ ਪਾਰ ਕਰ ਚੁੱਕਾ ਹੈ ਜ਼ਕਰੀਆ ਖਾਨ ਲਈ ਇਹ ਖਤ ਸਾਡੇ ਰਾਜ ਦਾ ਐਲਾਨ ਕਰਨ ਲਈ ਹੈ ਅੱਲਾ ਅੱਲਾ ਇਹਨਾਂ ਨੂੰ ਮੌਤ ਤੋਂ ਵੀ ਡਰ ਨਹੀਂ ਲੱਗਦਾ ਸੂਬਾ ਏ ਲਾਹੌਰ ਨੂੰ ਲਲਕਾਰ ਰਹੇ ਹਨ ਉਹ ਇਹਨਾਂ ਨੂੰ ਮਾਰਦਿਆਂ ਥੱਕ ਗਿਆ ਪਰ ਇਹ ਮਰਨੋਂ ਨਹੀਂ ਥੱਕਦੇ ਕਮਾਲ ਕਰਤਾ ਖਾਲਸਾ ਜੀ ਮੁਲਕ ਦੀ ਸਭ ਤੋਂ ਵੱਡੀ ਸੜਕ ਤੇ ਖਾਲਸੇ ਦਾ ਝੰਡਾ ਬੁਲੰਦ ਕਰਕੇ ਸ਼ੁਕਰ ਹੈ ਕੋਈ ਤਾਂ ਹੈ ਜਿਹੜਾ ਇਹਨਾਂ ਦੁਸ਼ਟਾਂ ਨੂੰ ਲਲਕਾਰ ਰਿਹਾ ਨਹੀਂ ਤਾਂ ਇਹਨਾਂ ਨੂੰ ਜ਼ੁਲਮ ਕਰਦੇ ਹੋਏ ਰੱਬ ਦਾ ਵੀ ਕੋਈ ਡਰ ਨਹੀਂ ਜ਼ੁਲਮ ਦਾ ਕੋਈ ਧਰਮ ਨਹੀਂ ਹੁੰਦਾ ਤੇ ਹੰਕਾਰ ਦੀ ਕੋਈ ਜਾਤ ਨਹੀਂ ਹੁੰਦੀ ਦੀਨ ਦੁਖੀਆਂ ਦੇ ਹੱਕ ਲਈ ਖੜਨਾ ਤੇ ਖਾਲਸੇ ਦਾ ਫਰਜ਼ ਹੈ ਵਾਹ ਬਲਿਹਾਰ ਤੁਹਾਡੇ ਗੁਰੂ ਤੋਂ ਇਹਦੀ ਦੁਕਾਨ ਤੇ ਪੂਰੀ ਖਾਲੀ ਸੀ ਇਹਦੀ ਦੁਕਾਨ ਤੇ ਲੁੱਟ ਹੋਈ ਹੈ ਹਜ਼ੂਰ ਹਜ਼ੂਰ ਇਸ ਦੀ ਦੁਕਾਨ ਤੇ ਲੁੱਟ ਹੋਈ ਹਜ਼ੂਰ 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 ਮੁਆਵਜ਼ਾ ਜਾਂ ਕੋਈ ਮਦਦ ਹਜ਼ੂਰ ਹਜ਼ੂਰ ਦਾ ਇਕਬਾਲ ਬੁਲੰਦ ਰਹੇ ਤੈਨੂੰ ਸ਼ਾਹੀ ਦਰਬਾਰ ਦੀ ਤਹਿਜ਼ੀਬ ਦਾ ਕੋਈ ਇਲਮ ਹੈ ਜਾਂ ਨਹੀਂ ਗੁਸਤਾਖੀ ਮਾਫ ਹਜ਼ੂਰ ਇਹ ਸ਼ਖਸ ਤੁਹਾਡੇ ਲਈ ਸਿੱਖਾਂ ਦਾ ਕੋਈ ਪੈਗਾਮ ਲੈ ਕੇ ਹਾਜ਼ਰ ਹੋਏ ਹਨ ਸਿੱਖਾਂ ਦਾ ਪੈਗਾਮ ਨਾ ਮੁਮਕਿਨ ਸਿੱਖਾਂ ਨੂੰ ਤਾਂ ਅਸੀਂ ਇਸ ਧਰਤੀ ਤੋਂ ਮਿਟਾ ਦਿੱਤਾ ਫਿਰ ਇਹ ਪੈਗਾਮ ਕਿਸ ਗੱਲ ਦਾ ਨਹੀਂ ਖਾਨ ਸਾਹਿਬ ਇਹ ਪੈਗਾਮ ਸਿੱਖਾਂ ਵੱਲੋਂ ਹੀ ਹੈ ਜੋ ਨੂਰਦੀਨ ਸਰਾਏ ਵਾਲੀ ਜਰਨੈਲੀ ਸੜਕ ਉੱਪਰ ਕਰ ਵਸੂਲ ਰਹੇ ਹਨ ਕਰ ਵਸੂਲ ਰਹੇ ਨੇ ਇਹਨਾਂ ਦੀ ਇੰਨੀ ਜ਼ਰੂਰਤ ਕਿ ਸਾਡੀ ਹਕੂਮਤ ਵਿੱਚ ਸਾਨੂੰ ਇਸ ਤਰ੍ਹਾਂ ਦੀ ਚੁਣੌਤੀ ਦੇਣ ਪੜ੍ਹੋ ਪਤਾ ਤੇ ਚੱਲੇ
ਕੀ ਲਿਖਿਆ ਨਾ ਸਿੱਖੜਿਆਂ ਨੇ। ਜੀ ਹਜ਼ੂਰ, ਮੈਂ ਹਾਂ ਸਿੰਘ ਬੋਤਾ, ਮੇਰੇ ਹੱਥ ਵਿੱਚ ਇੱਕ ਸੋਟਾ ਮੋਟਾ, ਲਵਾਂ ਜਗਾਤ ਵਿੱਚ ਰਾਹ ਖਲੋਤਾ, ਆਨਾ ਲਾਇਆ ਗੱਡੇ ਨੂੰ, ਪੈਸਾ ਲਾਇਆ ਖੋਤਾ, ਤੇਥੋਂ ਰਾਜ ਨਹੀਂ ਹੋਤਾ, ਤੂੰ ਜਾਵੇਗਾ ਦਰਗਾਹ ਰੋਤਾ, ਆਖੇ ਭਾਬੀ ਖਾਨੋ ਨੂੰ, ਯੋਂ ਆਖੇ ਸਿੰਘ ਬੋਤਾ। ਘਰ ਵਸੂਲਣ ਦੀ ਗੱਲ ਤਾਂ ਠੀਕ ਹੈ, ਪਰ ਇਹ ਨਾਲ ਸੋਟੇ ਦਾ ਜ਼ਿਕਰ ਕਿਉਂ ਕਰ ਰਿਹਾ? ਇਹਨਾਂ ਸਿੰਘਾਂ ਦੀ ਕੋਈ ਸਾਜਿਸ਼ ਤੇ ਨਹੀਂ ਕਿ ਬਾਹਰੇ ਲਸ਼ਕਰ ਅਤੇ ਅਸਲੇ ਨਾਲ ਲੈਸ ਆਉਣ ਤੇ ਸਾਨੂੰ ਧੋਖਾ ਦੇਣ ਲਈ ਟਾਂਗਾ ਸੋਟੇ ਲਿਖੇ ਜਾਣ? ਨਹੀਂ ਖਾਨ ਸਾਹਿਬ, ਉਹ ਸਿਰਫ ਦੋ ਸਿੰਘ ਹੀ ਹਨ ਤੇ ਚਿੱਠੀ ਵਿੱਚ ਉਸਨੇ ਸੋਟਾ ਧੋਖਾ ਦੇਣ ਲਈ ਨਹੀਂ ਸਗੋਂ ਇਹ ਦੱਸਣ ਲਈ ਲਿਖਿਆ ਹੈ ਕਿ ਲੜਨ ਲਈ ਲਸ਼ਕਰ ਅਤੇ ਜੰਗੀ ਹਥਿਆਰਾਂ ਦੀ ਨਹੀਂ ਹੌਸਲੇ ਤੇ ਦਲੇਰੀ ਦੀ ਲੋੜ ਹੁੰਦੀ ਹੈ। ਮੈਨੂੰ ਬੜਾ ਪਤਾ ਇਹਨਾਂ ਸਿੱਖੜਿਆਂ ਦੀ ਬਹਾਦਰੀ ਬਾਰੇ। ਜਲਾਲੂਦੀਨ, ਇਹਨਾਂ ਸਿੱਖੜਿਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਮੇਰੇ ਹਜ਼ੂਰ ਪੇਸ਼ ਕੀਤਾ ਜਾਏ। ਜੋ ਹੁਕਮ ਖਾਨ ਸਾਹਿਬ, ਸੂਰਜ ਟੱਲਣ ਤੱਕ ਇਹ ਸਿੰਘ ਸਾਡੀ ਗ੍ਰਿਫਤ ਵਿੱਚ ਹੋਣਗੇ। ਨਾਲੇ ਇੱਕ ਗੱਲ ਹੋਰ ਜਲਾਲੂਦੀਨ, ਇਹਨਾਂ ਦੇ ਚਿਹਰਿਆਂ ਤੇ ਡਰ ਹੋਣਾ ਚਾਹੀਦਾ ਹੈ, ਡਰ। ਇਹ ਬਹੁਤ ਜ਼ਰੂਰੀ ਹੈ, ਨਹੀਂ ਤਾਂ ਇਹਨਾਂ ਸਿੱਖੜਿਆਂ ਵੱਲ ਵੇਖ ਕੇ ਕਿਤੇ ਆਵਾਮ ਸਾਡੇ ਤੋਂ ਡਰਨਾ ਨਾ ਪਹੁੰਚਾਏ। ਤੁਸੀਂ ਫਿਕਰ ਨਾ ਕਰੋ ਹਜ਼ੂਰ, ਬਸ ਵੇਖਦੇ ਜਾਓ ਇਹ ਦੋ ਸਿੰਘ ਕਿੱਦਾਂ ਆਪਣੀ ਜਾਨ ਦੀ ਭੀਖ ਮੰਗਦੇ ਨੇ ਮੁਗਲ ਹਕੂਮਤ ਤੋਂ। ਤੁਸੀਂ ਨਾਕਾ ਦੇਖੋ, ਮੈਂ ਜੰਗਲਾਂ ਨੂੰ ਹੋ ਕੇ ਆਉਂਦਾ। ਭਾਈ ਬੋਤਾ ਸਿੰਘ ਜੀ, ਇੰਨਾ ਖੌਫ ਸਾਡੇ ਸੋਟੇ ਦਾ, ਪੂਰੀ ਫੌਜ ਹੀ ਭੇਜ ਦਿੱਤੀ ਜ਼ਕਰੀਏ ਨੇ। ਆਉਣ ਦਿਓ ਟਿੱਡੀ ਦਲ ਨੂੰ। ਸਿੰਘੋ, ਤੁਸੀਂ ਕਿਸ ਸਦਕਾਰ ਨਾਲ ਸ਼ਾਹੀ ਸੜਕ ਤੇ ਕਰ ਵਸੂਲ ਰਹੇ ਹੋ? ਦਿਸਦਾ ਨਹੀਂ, ਖਾਲਸੇ ਦਾ ਰਾਜ ਹੈ ਤੇ ਫੌਜਾਂ ਚੁੰਗੀ ਵਸੂਲ ਕਰ ਰਹੀਆਂ ਨੇ। ਕਿਹੜੀਆਂ ਫੌਜਾਂ, ਕਿੱਥੇ ਨੇ ਫੌਜਾਂ? 1.25 ਲੱਖ ਸੜਕ ਦੇ ਇਸ ਪਾਸੇ ਖੜੀਆਂ ਨੇ ਤੇ 1.25 ਲੱਖ ਸੜਕ ਦੇ ਦੂਜੇ ਪਾਸੇ। ਸਿੰਘੋ, ਤੁਹਾਡੀ ਇੰਨੀ ਜ਼ਰੂਰਤ ਕਿ ਮੁਗਲ ਹਕੂਮਤ ਵਿੱਚ ਸਾਡੇ ਆਵਾਮ ਕੋਲੋਂ ਕਰ ਵਸੂਲ ਕਰ ਰਹੇ ਹੋ? ਤੁਹਾਨੂੰ ਮੌਤ ਮੌਤ ਖੇਡਣ ਦਾ ਬਹੁਤ ਸ਼ੌਕ ਹੈ, ਪਰ ਯਾਦ ਰੱਖਿਓ, ਰਾਜ ਮਰ ਕੇ ਨਹੀਂ ਜਿੱਤ ਕੇ ਕਾਇਮ ਹੁੰਦੇ ਨੇ। ਤੁਹਾਡਾ ਰਾਜ ਕਰਨ ਦਾ ਸੁਪਨਾ ਕਦੇ ਪੂਰਾ ਨਹੀਂ ਹੋਣਾ। ਖੁੱਲੀਆਂ ਅੱਖਾਂ ਨਾਲ ਸੁਪਨੇ ਵੇਖਣੇ ਛੱਡੋ, ਆਪਣੇ ਨਿਸ਼ਾਨ ਉਤਾਰੋ ਅਤੇ ਸਾਡੇ ਨਾਲ ਸੂਬਾ ਲਾਹੌਰ ਦੀ ਕਚਹਿਰੀ ਚੱਲੋ। ਖਾਲਸਾ ਸੂਬੇ ਦੀ ਨਹੀਂ, ਸਤਿਗੁਰ ਦੀ ਕਚਹਿਰੀ ਵਿੱਚ ਆਪਣਾ ਲੇਖਾ ਦਿੰਦਾ ਹੈ ਜਲਾਲੂਦੀਨ। ਤੈਨੂੰ ਸਿੱਖੀ ਬਾਰੇ ਪਤਾ ਨਹੀਂ, ਇੱਥੇ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ ਦਾ ਪਾਠ ਪੜਾਇਆ ਜਾਂਦਾ ਹੈ।
ਜੇ ਤੂੰ ਸਾਡੇ ਰਾਜ ਨੂੰ ਸੁਪਨਾ ਸਮਝਦਾ ਤਾਂ ਟਿੱਡੀ ਦਾ ਲੈ ਕੇ ਸਾਡੇ ਤੇ ਚੜ੍ਹਾਈ ਨਾ ਕਰਦਾ। ਇਸ ਨੂੰ ਸੁਪਨਾ ਸਮਝਣ ਦਾ ਭਰਮ ਵਜ਼ੀਰ ਖਾਨ ਅਤੇ ਬਹਾਦਰ ਸ਼ਾਹ ਨੂੰ ਵੀ ਹੋਇਆ ਸੀ। ਜ਼ੁਬਾਨ ਨੂੰ ਲਗਾਮ ਦੇ ਜ਼ਾਹਿਲ ਇਨਸਾਨ, ਹਜ਼ੂਰ ਦੀ ਗੱਲ ਮੰਨੋ ਸਿੰਘੋ, ਸਾਡੇ ਨਾਲ ਸੂਬਾ ਲਾਹੌਰ ਦੀ ਕਚਹਿਰੀ ਚੱਲੋ ਤੇ ਆਪਣੀ ਜਾਨ ਬਖਸ਼ਾ ਲਵੋ। ਜਾਨ ਤਾਂ ਮੁਗਲ ਹਕੂਮਤ ਦੀ ਆਪਣੀ ਨਿਕਲੀ ਪਈ ਹੈ, ਦੋ ਸਿੰਘਾਂ ਨੂੰ ਫੜਨ ਲਈ ਏਡਾ ਲਸ਼ਕਰ ਭੇਜਣਾ ਪੈ ਗਿਆ। ਨਸ਼ਤਰ ਖਾਨ, ਮਾਰੇ ਦੀ ਛਾਤੀ ਵਿੱਚ ਤੀਰ ਤੇ ਪਾਰ ਲੰਘਾ ਦੇ। ਕਿਹੋ ਜਿਹਾ ਨਿਕੰਮਾ ਤੀਰ ਹੈ ਤੇਰਾ ਜਿਹੜਾ ਮੇਰੇ ਸਰੀਰ ਨੂੰ ਵੀ ਪਾਰ ਨਾ ਲੰਘਾ ਸਕਿਆ। ਜੇ ਹਿੰਮਤ ਹੈ ਤਾਂ ਮਰਦਾਂ ਵਾਂਗੂ ਲੜ। ਤੁਹਾਨੂੰ ਇਹ ਖੇਡ ਲੱਗਦਾ? ਸਾਰਿਆਂ ਨੂੰ ਪਤਾ ਹੈ ਤੁਸੀਂ ਮਾਰੇ ਜਾਓਗੇ। ਜਦੋਂ ਕੌਮ ਦੇ ਵਜੂਦ ਤੇ ਗੱਲ ਆ ਜਾਵੇ ਤਾਂ ਆਪਣੀ ਹੋਂਦ ਨੂੰ ਬਚਾਉਣ ਲਈ ਇਹ ਖੇਡ ਵੀ ਖੇਡਣੀ ਪੈਂਦੀ ਹੈ ਜਲਾਲਦੀਨ। ਅਸੀਂ ਤਾਂ ਪਹਿਲਾਂ ਹੀ ਮੌਤ ਨੂੰ ਕਬੂਲ ਕਰਕੇ ਬੈਠੇ ਹਾਂ। ਮੌਤ ਦਾ ਡਰਾਵਾ ਕਿਸੇ ਹੋਰ ਨੂੰ ਦੇਈਂ ਤੇ ਵਾਪਸ ਜਾ ਕੇ ਜ਼ਕਰੀਏ ਨੂੰ ਦੱਸ ਦੇਈਂ। ਸਰਕਾਰਾਂ ਆਉਣਗੀਆਂ ਤੇ ਜਾਣਗੀਆਂ, ਲੇਕਿਨ ਜਦ ਤੱਕ ਇਸ ਧਰਤੀ ਉੱਪਰ ਇੱਕ ਵੀ ਤਿਆਰ ਬਰ ਤਿਆਰ ਸਿੰਘ ਰਹੇਗਾ, ਰਾਜ ਖਾਲਸੇ ਦਾ ਹੋਏਗਾ। ਜਿੱਦ ਨਾ ਕਰੋ ਕਾਫਰੋ, ਖਾਨ ਸਾਹਿਬ ਕੋਲੋਂ ਮਾਫੀ ਮੰਗ, ਆਪਣੀ ਜਾਨ ਬਚਾ ਲਵੋ। ਜਾਨ ਦੀ ਪਰਵਾਹ ਹੁੰਦੀ ਤਾਂ ਤੁਹਾਨੂੰ ਸੱਦਾ ਨਾ ਭੇਜਦੇ। ਆਪਣੇ ਕੋੜਿਆਂ ਤੋਂ ਉਤਰੋ ਤੇ ਸਾਡੇ ਸੋਟੇ ਦੀ ਕਰਾਮਾਤ ਵੇਖੋ, ਤੁਹਾਡੇ ਹਥਿਆਰ ਤੇ ਸਿੰਘਾਂ ਦਾ ਸੋਟਾ। ਅੱਗੇ ਵਧੋ ਤੇ ਇਹਨਾਂ ਨੂੰ ਬੰਦੀ ਬਣਾ ਲਓ। Ah!
ਵਾਹਿਗੁਰੂ। ਅਸੀਂ ਤੇਰੇ ਚਿਹਰੇ ਤੇ ਡਰ ਦੇਖ ਲਿਆ ਜਲਾਲਦੀਨ, ਸਾਡੀ ਜਿੱਤ ਹੋ ਚੁੱਕੀ ਆ। ਲਾ ਦਿਓ ਇਹਨਾਂ ਦੇ ਨਿਸ਼ਾਨ ਤੇ ਮਿਟਾਓ ਇਹਨਾਂ ਦਾ ਖੁਰਾ ਖੋਜ। ਕਰਜਾ ਸਿੰਘ ਜੀ, ਕਮਰ ਕੱਸਾ ਫੜੋ। ਸਹਨ ਦੇ ਦੁੱਖ ਆਪ, ਸਹਨ ਦੇ ਦੁੱਖ ਜਗ ਵਰਸਾ, ਆਪ ਸਹਨ ਦੇ ਦੁੱਖ ਸਹਨ ਦੇ ਦੁੱਖ। ਧਰਤੀ ਉਤੇ
ਸ਼ੇਰਾਂ ਦੇ ਸੀਸ ਦਸਤਾਰ